ਕੋਈ ਗੱਲ ਨੀ, ਕੋਈ ਗੱਲ ਨੀ, ਪਹਿਲਾਂ ਵੀਡੀਓ ਬੰਦ ਕਰ ਲਾ, ਵੀਡੀਓ ਨਾ ਬੰਦ ਕਰ, ਵੀਡੀਓ ਬੰਦ ਕਰ ਲਾ, ਨਹੀਂ ਕਰਨੀ, ਨਹੀਂ ਕਰਨੀ ਤਾਂ ਫਿਰ ਵੀਰੇ ਬੜਾ ਔਖਾ ਹੋ ਜਾਏਗਾ ਤੂੰ ਵੀਰ ਜੀ, ਵੀਡੀਓ ਬੰਦ ਕਰ ਲਾ, ਕੋਈ ਗੱਲ ਨਹੀਂ, ਮੈਂ ਪ੍ਰੂਫ ਰੱਖਿਆ, ਆ ਜਾ ਤੂੰ ਇੱਥੇ ਆ, ਇੱਕ ਮਿੰਟ, ਜਿਹੜੀ ਗੱਲ ਆ ਨਾ ਮੈਨੂੰ ਇੱਥੇ ਆ, ਨਹੀਂ ਤੂੰ ਬੰਦਾ ਇੱਥੇ, ਤੂੰ ਬੰਦਾ ਭਜਾ ਕੇ ਲੈ ਆ, ਆ ਜਾ, ਮੈਂ ਨਹੀਂ ਕਸਮ, ਤੂੰ ਬੰਦਾ ਭਜਾ ਕੇ ਲੈ, ਬੰਦਾ ਤੇਰੇ ਕੋਲ ਆਇਆ, ਰਾਈ ਰਾਮ ਚਲੀ ਆ, ਤੇਰੇ ਕੋਲ ਬੰਦਾ ਆਇਆ ਨਾ, ਤੇਰੇ ਕੋਲ ਬੰਦਾ ਆਇਆ ਨਾ, ਰਾਈ ਰਾਮ ਚਲੋ, ਐਸਾ ਬੰਦਾ ਤੇਰੇ ਕੋਲ ਆ, ਉਤਾਰ ਜੇ ਨਾ, ਮੇਰੇ ਭਰਾ, ਮੇਰੀ ਗੱਲ ਸੁਣੀ, ਮੇਰੀ ਗੱਲ ਸੁਣੀ, ਮੇਰੀ ਗੱਲ ਸੁਣੀ, ਮੇਰੀ ਗੱਲ ਸੁਣ, ਆ ਕਿਹੜੀ ਗੱਲ ਹੋਈ, ਤੂੰ ਮੇਰੀ ਗੱਲ ਸੁਣ, ਵੀਡੀਓ ਆਈ ਆ ਤੂੰ ਨਾਲ ਉਥੋਂ ਆਸ਼ਮ ਦੀ ਵੀਡੀਓ, ਇੱਧਰ ਆ, ਵੇ ਹਾਂ, ਤੇਰੀਆਂ ਵੀਡੀਓ ਆਈਆਂ ਵਾ, ਤੂੰ ਮੇਰੀ ਗੱਲ ਸੁਣ, ਮੈਂ ਉਦੋਂ, ਇੱਕ ਮਿੰਟ ਵੀਰ ਜੀ, ਇੱਕ ਮਿੰਟ, ਮੈਂ ਮਿਲਣ ਗਿਆ ਨਾ, ਮਿਲਣ ਗਿਆ, ਮੈਂ ਕੋਈ ਵੱਧ ਘੱਟ ਨਹੀਂ, ਪਿੱਛੋਂ ਗਿਆ, ਪਿੱਛੋਂ ਗਿਆ, ਤੇਰਾ ਬੰਦਾ ਮਿਲਾਇਆ ਵਾ, ਹਾਂ ਮੈਂ ਆ ਗਿਆ ਨਾ, ਤੂੰ ਵੀਡੀਓ ਕਾ ਤੋਂ ਲੀਕ ਕਰਨਾ, ਤੈਨੂੰ ਪਤਾ ਅਸੀਂ ਤੇਰੇ ਤੇ ਕੋਈ, ਮੇਰੀ ਗੱਲ, ਮੇਰੇ ਵੀਡੀਓ ਮੇਰੇ ਕੋਲ ਆ ਗਈ ਆ, ਕਾਦੀ, ਉਹੀ ਵੀਡੀਓ, ਅਸੀਂ ਮੇਰੀ ਗੱਲ ਸੁਣ, ਮੈਂ ਮਿਲ ਲੱਗਿਆ, ਮੈਂ ਮਿਲ ਲੱਗਿਆ, ਮੈਂ ਮੰਨ ਲਾ, ਮੈਂ ਮਿਲ ਲੱਗਿਆ, ਮੈਂ ਮਿਲ ਗਿਆ, ਇਹੋ ਗੱਲ ਹੋਈ ਸਰ, ਮੈਂ ਮਿਲ ਗਿਆ, ਠੀਕ ਹੈ ਜੀ, ਠੀਕ ਹੈ, ਮੇਰੀ ਗੱਲ ਸੁਣ ਵੀਰੇ, ਬੰਦਾ ਤੇਰੇ ਕੋਲ ਆ ਗਿਆ, ਉਹ ਵੀ ਮੇਰੇ ਕੋਲ ਵੀਡੀਓ ਆ ਗਈਆਂ, ਪ੍ਰੂਫ ਆ ਗਿਆ, ਮੈਂ ਉਦਾਂ ਨਹੀਂ ਆਇਆ, ਬੰਦਾ ਤੇਰੇ ਕੋਲ ਬੜੇ ਦਿਨਾਂ ਦਾ ਆਇਆ ਵਾ, ਅੱਜ ਦਾ ਨਹੀਂ, 8-10 ਦਿਨ, ਮੇਰੀ ਗੱਲ ਸੁਣ ਵੀਰੇ, ਪਤਾ ਗੱਲ ਕੀ ਆ, ਮੇਰੀ ਗੱਲ ਸੁਣ, ਬੰਦਾ ਤੈਨੂੰ, ਮੇਰੀ ਗੱਲ ਸੁਣੀ, ਠੀਕ ਹੈ ਜੀ, ਪਹਿਲੀ ਤੇ ਗੱਲ ਆ, ਅਸੀਂ ਤੇਰੇ ਤੇ ਕਾਰਵਾਈ ਨਹੀਂ ਸੀ ਕਰਾਈ, ਨਹੀਂ ਨਾ ਕਰਾਈ, ਠੀਕ ਹੈ ਜੀ, ਜੇਕਰ ਤੂੰ ਹੁਣ ਬੰਦਾ ਦੇ ਦੇਗਾ ਤੇਰੇ ਤੇ ਕੋਈ ਕਾਰਵਾਈ ਨਹੀਂ ਹੋਗੀ, ਜੇ ਬੰਦਾ ਨਹੀਂ ਦਿੱਤਾ, ਸੁਣ ਮੇਰੀ, ਹਾਂ ਤੂੰ ਮੇਰਾ ਭਰਾ ਵਾ, ਰਿਸ਼ਤੇਦਾਰੀ ਵੀ ਆ, ਹਾਂ ਉਹ ਆਉਂਦਾ, ਉਹ ਵੀ ਆਉਂਦਾ, ਰਿਸ਼ਤੇਦਾਰੀ ਆ, ਹਾਂ ਸੱਦ ਲੈ, ਕੋਈ ਗੱਲ ਨਹੀਂ, ਜੇ ਇੱਥੇ ਬੰਦਾ ਆ ਜੇ ਦੂਜੇ ਦਿਨ, ਤੀਜੇ ਦਿਨ, ਰਾਏ ਰਾਮ ਚੱਲ ਜਾ ਮੇਰੇ ਨਾਲ, ਤੇਰੇ ਕੋਲ ਬੰਦਾ ਨਹੀਂ ਆਇਆ, ਤੇਰੇ ਕੋਲ ਬੰਦਾ ਨਹੀਂ ਇੱਥੇ, ਤੇਰੇ ਕੋਲ ਬੰਦਾ ਵੀ ਹੋਣੀ ਇੱਥੇ, ਤੇਰੇ ਕੋਲ ਬੰਦਾ ਇੱਥੇ ਆ, ਓਏ ਆ ਜਾ ਭਰਾਵਾ, ਮੈਂ ਨਾਲ ਸਾਰੇ ਘਰ ਦੇ ਰੱਖਾਲ ਦੀ, ਸਾਡੇ ਘਰ ਕਲੇ ਪਈ ਆ, ਤੇਰੇ ਕੋਲ ਆ ਬੰਦਾ, ਮਾਰੀ ਮਾਰੀ ਦੀ, ਓਏ ਆ ਜਾ ਲੋ, ਬੰਦਾ ਇਹਦੇ ਕੋਲ ਆ, ਭਗਤੇ ਇਹਦੇ ਕੋਲ ਆ, ਮੇਰੇ ਕੋਲ ਭਰਾਵਾ, ਮੈਂ ਪ੍ਰੂਫ ਤੋਂ ਬਗੈਰ ਨਹੀਂ ਆਉਂਦਾ, ਕਿਹੜੀ ਗੱਲ ਆ, ਤੂੰ ਮੇਰਾ ਭਰਾ ਵਾ, ਆ ਮੇਰਾ ਜੀ, ਚੰਗਾ ਨਹੀਂ ਲੱਗਦਾ ਵੀਰ, ਇਦਾਂ ਚੰਗੇ ਨਹੀਂ ਲੱਗਦਾ, ਜੇਕਰ ਅਸੀਂ ਤੇਰੇ ਤੇ ਪਰਚਾ ਨਹੀਂ ਕਰਾਇਆ ਤੇ ਤੂੰ ਕਾਰਵਾਈ ਨਹੀਂ ਕੋਈ ਕਰਾਈ, ਨਹੀਂ ਤਾਂ ਅੱਜ ਸਭ ਕੁਝ ਹੋ ਜਾਣਾ, ਉਹ ਤੇਰੀ ਮਰਜ਼ੀ ਹੈ ਜੋ ਕਰਨਾ, ਹਾਂ ਬੰਦਾ, ਬੰਦਾ ਵੀ ਮਿਲ ਜੂਗਾ, ਕੋਈ ਗੱਲ ਨਹੀਂ, ਬੰਦਾ ਵੀ ਮਿਲ ਜੂਗਾ, ਮੈਂ ਬੰਦਾ ਹੁਣ, ਮੈਂ ਯਾਰ ਉਦੋਂ ਬੰਦਾ, ਮੈਂ ਇੱਕਦਮ ਵੀ ਤੈਨੂੰ ਆਖਿਆ ਆ ਜਾ ਘਰੇ, ਸਿੱਧਾ ਆਖਿਆ ਨੀ ਤੈਨੂੰ, ਮੁੱਕ ਰਿਹਾ ਤੇ ਕਿਸੇ ਗੱਲੋਂ, ਬੰਦਾ ਤੇਰੇ ਕੋਲ ਆ, ਮੈਂ ਮਾਤਾ ਨੂੰ ਵਿਖਾਉਣਾ ਯਾਰ, ਪਤਾ ਗੱਲ ਕੀ, ਤੇਰੇ ਪਿੰਡੋਂ, ਤੇਰੇ ਸਾਰੇ ਪਿੰਡੋਂ ਮੈਨੂੰ ਵੀਡੀਓ ਆਉਂਦੀਆਂ, ਮੇਰੀ ਗੱਲ ਸੁਣੀ, ਮੇਰੀ ਗੱਲ ਸੁਣੀ, ਤੂੰ ਮੇਰੀ ਗੱਲ ਸੁਣੀ, ਗੱਲ ਸੁਣੀ, ਹੁਣ ਵੀ ਆਉਂਦੀਆਂ, ਨਹੀਂ ਵੀਡੀਓ ਨਹੀਂ ਬੰਦ, ਮੈਂ ਆਪਣੇ ਪ੍ਰੂਫ ਤੇ ਰੱਖਣਾ, ਆਪਣਾ ਪ੍ਰੂਫ ਆ ਵੀ, ਕੱਲ ਨੂੰ ਤੂੰ ਇਹ ਨਾ ਕਵੇ ਵੀ ਮੇਰੇ ਘਰੇ ਆਣ ਕੇ ਮੇਰੇ ਗੱਲ ਪਏ, ਇਸ ਕਰਕੇ ਪ੍ਰੂਫ ਆ ਸਾਡੇ ਕੋਲ, ਠੀਕ ਹੈ ਜੀ, ਹਾਂ ਤੂੰ ਵੀਡੀਓ ਬਣਾਈ ਆਸ਼ਰਮ 'ਚ, ਵੀਡੀਓ ਜਾ ਕੇ ਬਣਾਈ ਨਾ, ਹਾਂ ਉੱਥੇ ਜਾ ਕੇ ਆਸ਼ਰਮ 'ਚ, ਮੈਂ ਕੋਈ ਗਲਤ ਤਾਂ ਨਹੀਂ ਕੀਤਾ, ਮੈਂ ਮੇਰੀ ਮਾਤਾ ਨੇ ਵੇਖਣੀ, ਸਰਵਣਾ ਇਹੋ ਗੱਲ ਹੋਈ ਨਾ, ਉਹ ਮੇਰੀ ਮਾਤਾ ਰੋਟੀ ਨਹੀਂ ਖਾਂਦੀ, ਹਾਂ ਨਹੀਂ ਖਾਂਦੀ, ਸਰਕਲ ਦੀ ਵੀਡੀਓ ਬਣਾਉਂਦਾ, ਇਧਰ ਇਧਰ ਮੇਰਾ ਫੋਨ ਡਿੱਗ ਪਿਆ, ਆ ਨਵੇਂ ਫੋਨ ਨੂੰ ਕਿੰਨੇ ਦਿਨ ਹੋਏ, ਇਧਰੋਂ ਇਹ ਪਤਾ ਜਾ ਕੇ ਕੀ ਕਹਿੰਦਾ, ਆਵੇ ਇਧਰ ਵੀਡੀਓ, ਉਹ ਆ ਤੇ ਵੇ ਇਧਰ ਦੇ, ਮੈਂ ਕੋਈ ਗਲਤ ਆਵੇ, ਮੈਂ ਰੋਣ ਡਿਆ, ਮੈਂ ਗਲਤ ਤਾਂ ਨਹੀਂ ਕੀਤਾ ਕੋਈ, ਪਤਾ ਗੱਲ ਕੀ ਵੀਰ, ਮੈਨੂੰ ਪਤਾ ਕੀ ਵੀਰ, ਆ ਵੀ ਵੇਖੀ ਕਿੰਨੇ ਦਿਨਾਂ ਦਾ ਫੋਨ ਹੋਊਗਾ, ਤੂੰ ਇੱਕ ਗੱਲ, ਮੈਂ ਸਿਰਫ ਤੇ ਤੋਂ ਇੱਕੋ ਗੱਲ ਪੁੱਛਣੀ ਆ, ਮੇਰੀ ਗੱਲ ਸੁਣ, ਮੈਂ ਨਹੀਂ ਇਹਦਾ ਨਹੀਂ, ਮੈਨੂੰ ਮੇਰੀ ਗੱਲ ਸੁਣ, ਮੇਰੀ ਗੱਲ ਸੁਣ, ਮੇਰੀ ਗੱਲ ਸੁਣ, ਮੇਰੀ ਗੱਲ ਸੁਣ ਵੀਰ, ਮੇਰਾ ਤੂੰ ਭਰਾ ਵਾ, ਮੈਨੂੰ ਇੱਕੋ ਗੱਲ ਦੱਸ ਦੇ ਕਿ ਤੂੰ ਬੰਦਾ ਦੇ ਸਕਦਾ ਕਿ ਨਹੀਂ ਦੇ ਸਕਦਾ, ਯਾਰ ਨਹੀਂ ਦੇ ਸਕਦਾ, ਬੇਜਗਿਆ, ਜੇ ਤੇ ਮੇਰੇ ਕੋਲ ਆ ਗਿਆ, ਜੇ ਤੇ ਮੈਂ ਤੂੰ ਆ ਗਿਆ, ਇੱਕ ਬੰਦਾ ਤੇਰੇ ਕੋਲ ਆਇਆ ਹੁੰਦੇ, ਮੇਰੇ ਬੰਦਾ ਤੇਰੇ ਕੋਲ ਆ, ਮੈਂ ਵੀਰ ਇਸੇ ਕੰਮਾਂ 'ਚ ਰਹਿੰਦਾ, ਮੈਂ ਬੇਕੂਫ ਨਹੀਂ ਆ, ਠੀਕ ਆ ਜੀ, ਗੱਲ ਸੁਣ ਮੇਰੀ, ਠੀਕ ਹੈ ਜੀ, ਮੈਂ ਤੋ ਇੱਕ ਅੱਧੇ ਦਿਨ 'ਚ ਵੀ, ਓਏ ਭਰਾਵਾ ਤੇਰੇ ਕੋਲ ਹੀ ਆ ਬੰਦਾ ਯਾਰ, ਕੱਲ ਵੀ ਤੇਰੇ ਕੋਲ ਹੀ, ਯਾਰ ਮੈਨੂੰ ਤੇਰੇ ਕੋਲ ਦੇ ਵਿੱਚ ਕੀ ਪ੍ਰੋਬਲਮ ਹੈ, ਜਦੋਂ ਉਦੋਂ ਵੀਰ ਬੰਦਾ ਵੀ, ਮੇਰੀ ਗੱਲ ਸੁਣ ਲੈ, ਇੱਕ ਮੇਰੀ ਗੱਲ ਸੁਣ ਲੈ, ਇੱਕ ਮੇਰੀ ਗੱਲ ਸੁਣ, ਮੇਰੀ ਗੱਲ ਸੁਣੀ, ਮੇਰੀ ਮੇਰੀ
ਮੇਰੀ ਗੱਲ ਸੁਣੀ ਮੇਰੀ ਗੱਲ ਸੁਣੀ ਮੇਰੀ ਗੱਲ ਸੁਣੀ ਵੀਰੇ ਮੇਰੀ ਗੱਲ ਸੁਣੀ ਠੀਕ ਹੈ ਜੀ ਅੱਜ 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 ਤੇਰੇ ਹੱਥ ਹੀ ਤੇਰੀ ਖੇਡ ਅੱਜ ਤੇਰੀ ਖੇਡ ਹੀ ਤੇਰੇ ਹੱਥ ਮੈਂ ਨਹੀਂ ਕਹਿੰਦਾ ਤੈਨੂੰ ਠੀਕ ਆ ਜੀ ਅੱਜ ਤੇਰੀ ਖੇਡ ਤੇਰੇ ਹੱਥ ਹੀ ਠੀਕ ਆ ਮੈਂ ਉਸੇ ਵੀਡੀਓ ਦੇ ਆਧਾਰ ਤੇ ਤੇਰੇ ਤੇ ਹੁਣ ਵੀ ਪਰਚਾ ਕਰਾ ਸਕਦਾ ਵਾ ਉਹ ਵਕੀਲ ਸੀ ਜਿਹੜਾ ਨਾਲ ਆਇਆ ਮੇਰੇ ਵਕੀਲ ਸੀਗਾ ਉਹ ਤੇ ਮੈਂ ਤੈਨੂੰ ਇਹ ਉਹਨਾਂ ਨੇ ਮੈਨੂੰ ਘੱਲਿਆ ਹੀ ਹੁਣ ਇੱਕ ਵਾਰੀ ਜਾ ਕੇ ਵੇਖਿਆ ਉਹਨਾਂ ਨੇ ਹਾਂ ਮੈਨੂੰ ਬਸ ਇੱਕੋ ਗੱਲ ਦੱਸ ਦੇ ਤੂੰ ਬੰਦਾ ਦੇਣਾ ਕਿ ਨਹੀਂ ਦੇਣਾ ਮੈਂ ਤੇਰੇ ਕੋਲ ਤਾਂ ਆਇਆ ਵਾਂ ਯਾਰ ਮੈਂ ਆ ਕੇ ਤੇ ਸਾਹਮਣੇ ਲੋਕ ਖੋਲਿਆ ਜਾਂ ਮੈਨੇ ਕਿਸੇ ਨੇ ਟੋਰਚਰ ਕੀਤਾ ਹੋਵੇ ਜਾਂ ਕਿਸੇ ਨੇ ਮੈਨੂੰ ਫੋਨ ਕੀਤਾ ਹੋਵੇ ਬਈ ਮੁਕਤਾ ਮੁਕਤ ਅੱਜ ਮੈਨੂੰ ਪਤਾ ਬੰਦਾ ਭਜਾ ਰਿਹਾ ਇਹਨੇ ਬੰਦਾ ਇਹਨੇ ਲਿਆ ਵਾ ਭਜਾ ਹਾਂ ਪਤਾ ਕੀ ਹੈ ਵੀਰ ਮੈਂ ਸਿਰ ਤੇ ਦਮਾਲਾ ਬੱਧਾ ਵਾ ਮੇਰੀ ਗੱਲ ਸੁਣੀ ਮੈਂ ਸਿਰ ਤੇ ਦਮਾਲਾ ਬੱਧਾ ਤੇਰੇ ਤੇ ਕੋਈ ਕਾਰਵਾਈ ਨਹੀਂ ਕਰਾਊਂਗਾ ਜੇ ਉਦਣ ਕਹਿ ਕੇ ਗਿਆ ਹੈ ਨਾ ਪਰ ਇਹ ਵੀ ਮੈਂ ਇਹ ਗੱਲ ਸੁਣ ਲਈ ਜੇਕਰ ਤੂੰ ਅੱਜ ਨਹੀਂ ਪਿਆਰ ਨਾਲ ਬੰਦਾ ਦਿੰਦਾ ਤੇ ਮੈਂ ਫਿਰ ਹੀ ਸਿਰ ਤੇ ਦਮਾਲਾ ਬੱਧਾਈ ਮੈਂ ਤੇਰੇ ਤੇ ਕਾਰਵਾਈ ਕਰਾਉਣੀ ਭਾਵੇਂ ਮੇਰਾ ਅੱਡੀ ਜੋਡੀ ਦਾ ਜ਼ੋਰ ਲੱਗ ਜੇ ਮੈਂ ਵੀਰ ਮੈਂ ਕੋਈ ਰਿਸ਼ਤੇਦਾਰ ਨਹੀਂ ਵੇਖਣੀ ਮੈਂ ਨਹੀਂ ਵੇਖਣਾ ਕਿ ਮੇਰੀ ਮਾਸੀ ਦੇ ਤੁਸੀਂ ਪਰਿਵਾਰ 'ਚ ਜੇ ਮੈਂ ਨਹੀਂ ਕੁਝ ਵੀ ਕਰਨਾ ਮੈਂ ਵੀਰ ਜਾਂ ਤੇ ਤੂੰ ਨਹੀਂ ਜਾਂ ਫਿਰ ਮੈਂ ਨਹੀਂ ਮੈਂ ਪਰਚਾ ਕਰਵਾਉਣਾ ਹੀ ਕਰਵਾਉਣਾ ਤੇਰੇ ਤੇ ਕਾਰਵਾਈ ਕਰਵਾਉਣੀ ਕਰਵਾਉਣੀ ਮੈਨੂੰ ਨਹੀਂ ਪਤਾ ਠੀਕ ਹੈ ਜੀ ਇਸ ਚੀਜ਼ ਦਾ ਮੈਨੂੰ ਨਹੀਂ ਪਤਾ ਮੈਂ ਤੇਰੇ ਤੇ ਭਰਪਾਈ ਵੀ ਕਰਾਉਣੀ ਹਾਲਾਂਕਿ ਸਾਲਾ ਜਿਹੜਾ ਤੂੰ ਮੰਨਿਆ ਪੈਸਾ ਮੰਨਿਆ ਮੈਂ ਨਹੀਂ ਆਇਆ ਤੈਨੂੰ ਪਤਾ ਨਾ ਮੈਂ ਨਹੀਂ ਆਇਆ ਮੈਂ ਜਦ ਛੱਡ ਪਰਾਂ ਯਾਰ ਉਹਨੇ ਬੰਦਾ ਦੇ ਦਿੱਤਾ ਵਾ ਕੋਈ ਗੱਲ ਨਹੀਂ ਆ ਪਰ ਉਹ ਪੈਸੇ ਹੁਣ ਉਹ ਪੈਸੇ ਵੀ ਤੇਰੇ ਤੋਂ ਨਾਲ ਦੀ ਨਾਲ ਉਹਦੇ ਅਕਾਊਂਟ 'ਚ ਕਰਵਾਉਣੀ ਜੇ ਦੇ ਦੇਗਾ ਪਿਆਰ ਨਾਲ ਬੰਦਾ ਤੇ ਤੇਰੇ ਹੱਥ ਵਾਸੀ ਚੱਲ ਸੁਣਾ ਹੁਣ ਤੂੰ ਸੁਣਾ ਹੁਣ ਮੈਂ ਘਰ ਬਾਹਰੋਂ ਆਇਆ ਨਾ ਆ ਦੋਵੇਂ ਬੰਦੇ ਮੇਰੇ ਨਾਲ ਪੱਕੇ ਉਦਣ ਵੀ ਹੈਗੇ ਇੱਕ ਨਹੀਂ ਨਾ ਹੈਗਾ ਆ ਨਹੀਂ ਨਾ ਮੁੰਡਾ ਹੈਗਾ ਉਹ ਪੱਕਾ ਆ ਮੈਂ ਫੇਰ ਰੱਖ ਲਿਆ ਮੈਂ ਕਹਿਣੇ ਨਹੀਂ ਸਰਦਾ ਆਪਾਂ ਬੰਦਾ ਫੇਰ ਇੱਕ ਲੈ ਲਈਏ ਬੰਦਾ ਤੇਰੇ ਕੋਲ ਆ ਠੀਕ ਹੈ ਵੀਰ ਪਤਾ ਗੱਲ ਕੀ ਮੇਰੇ ਕੋਲ ਤੇਰੇ ਕੋਲ ਮੈਂ ਪਤਾ ਕਿਉਂ ਅਖੰਡਿਆ ਗੁਰਦੁਆਰੇ ਤੋਂ ਤਾਂ ਉੱਤੇ ਕੋਈ ਨਹੀਂ ਹੁੰਦਾ ਤੂੰ ਮੇਰੇ ਨਾਲ ਚੱਲ ਜਾ ਗੁਰਦੁਆਰੇ ਸ਼ਾਮ ਤੱਕ ਬੰਦਾ ਆ ਜੇ ਬੰਦੇ ਦਾ ਪੁੱਤ ਨਾ ਕਿ ਮੈਂ ਤੇਰੇ ਕੋਲ ਲੈ ਕੇ ਆਉਂਗਾ ਕਲਦੀ ਵੀਰ ਚੰਗੇ ਨਹੀਂ ਲੱਗੀਦਾ ਤੇਰੇ ਤੇ ਉਸੇ ਵੀਡੀਓ ਦੇ ਆਧਾਰ ਤੇ ਅੱਜ ਪਰਚਾ ਹੋਣਾ ਹੀ ਅੱਜ ਸ਼ਾਮ ਤਾਈਂ ਨਾ ਹੋ ਤਾਂ ਰਹੀ ਜੇ ਗੱਲ ਤੇ ਗੁਰੂਆ ਮੈਂ ਤੇਰੇ ਨਾਲ ਪਰਚਾ ਦੀ ਜਰਾ ਹੀ ਨਹੀਂ ਕਰਦਾ ਵੀ ਤੂੰ ਆਇਆ ਮੈਂ ਤੇਰਾ ਮਾਨ ਤਨ ਕਰਦਾ ਉਦਨ ਮੈਂ ਤਨ ਦੋਰੀ ਰੱਖਿਆ ਇੱਕ ਹੀ ਰਨ ਨੂੰ ਆਖਿਆ ਵੀਰ ਬੰਦਾ ਨਾ ਮੰਗਣਾ ਹੀ ਮੈਂ ਨਹੀਂ ਦੇਣਾ ਫੋਨ ਕੀਤਾ ਵੀਰ ਨੂੰ ਤੂੰ ਉਦਨ ਆਖਿਆ ਮੇਰੀ ਮਾਤਾ ਰੋਟੀ ਨਹੀਂ ਖਾਂਦੀ ਮੈਂ ਤੈਨੂੰ ਇਹੋ ਆਖਿਆ ਇਹੋ ਆਪਾਂ ਵਿਖਾਈ ਨਾ ਵੀਡੀਓ ਆ ਕੇ ਨਾ ਬਣਾ ਤੈਨੂੰ ਮੈਂ ਕਿਹਾ ਨਿਕਲਦੀ ਵੀਡੀਓ ਨਾ ਤੇ ਗੱਲ ਸੁਣ ਮੇਰੀ ਪਤਾ ਗੱਲ ਕੀ ਪਤਾ ਗੱਲ ਕੀ ਤੈਨੂੰ ਤੂੰ ਅੰਦਰ ਵੜ ਕੇ ਨਾ ਨਹੀਂ ਆ ਕੇ ਜਾਵਾਂ ਮੈਂ ਨਹੀਂ ਕਰਦੀ ਅੰਦਰ ਵੜ ਮੇਰੀ ਗੱਲ ਸੁਣ ਅੰਦਰ ਵੜ ਕੇ ਤੂੰ ਬੰਦਾ ਰੱਖ ਨਹੀਂ ਸਕਦਾ ਜਦੋਂ ਤੇਰੇ ਕੋਲੋਂ ਬੰਦਾ ਆ ਗਿਆ ਨਾਲ ਦੀ ਨਾਲ ਰਿਪੋਰਟ ਆ ਜਾਣੀ ਮੇਰੇ ਕੋਲ ਮੈਂ ਤੈਨੂੰ ਤੂੰ ਜਿੱਥੇ ਵੀ ਰੱਖੇਗਾ ਨਾ ਜਿੱਥੇ ਵੀ ਛੱਡੇਗਾ ਉੱਥੋਂ ਦੀ ਵੀ ਰਿਪੋਰਟ ਆ ਜਾਣੀ ਮੇਰੇ ਕੋਲ ਮੈਂ ਤੇਰੇ ਕੋਲ ਯਾਰ ਮੈਂ ਆਪ ਐਦੋ ਵੱਡਾ ਤੇ ਨਹੀਂ ਕੋਈ ਰਿਜਕ ਹੈਗਾ ਬੰਦਾ ਤੇਰੇ ਕੋਲ ਆ ਵੀਰ ਤੇਰੇ ਕੋਲ ਮੈਂ ਲੈ ਤੂੰ ਪਿੰਡ ਦੇ ਲੋਕਾਂ ਨੂੰ ਇਹ ਕਹਿੰਦਿਆ ਪਿਆ ਵਾਂ ਮੈਂ ਪੁਲਿਸ ਦੇ ਨਾਲ ਖੜ ਕੇ ਪੁਲਿਸ ਬੁਲਾ ਕੇ ਇਹ ਸਭ ਕੁਝ ਬੰਦਾ ਲੈਂਦਾ ਕਿਹੜੇ ਬੰਦੇ ਨੂੰ ਬੜਿਆ ਕੁਝ ਬੜਿਆ ਨੂੰ ਕਿਹਾ ਤੂੰ ਵੀਡੀਓ ਮੈਂ ਨਾ ਲਿਆਓ ਉਹ ਮੈਂ ਲਿਆਉਂਗਾ ਉਹ ਬੰਦੇ ਮੈਂ ਲਿਆਉਂਗਾ ਵੀਡੀਓ ਆ ਗਈ ਨਾ ਵੀਡੀਓ ਤੇਰੇ ਕੋਲੋਂ ਬਸ ਲੀਕ ਕਿਵੇਂ ਹੋਈ ਤੇਰੇ ਕੋਲ ਮੇਰਾ ਫੋਨ ਚੁੱਕਿਆ ਵੀਰ ਆ ਵੇ ਓਏ ਚੁੱਕਿਆ ਨਹੀਂ ਆ ਵੀਰੇ ਉਹਦੇ ਵਿੱਚ ਵੀਡੀਓ ਸਾਰੀਆਂ ਵਾ ਵੀਡੀਓ ਸਾਰੀਆਂ ਨਹੀਂ ਵੀਡੀਓ ਤੂੰ ਆਪ ਭੇਜੀਆਂ ਆਪ ਵਿਖਾਈਆਂ ਲੋਕਾਂ ਨੂੰ ਯਾਰ ਅੱਧਾ ਪਿੰਡ ਤੇਰਾ ਤੇਰੇ ਵਿਰੋਧੀ ਇਹ ਗੱਲ ਤੈਨੂੰ ਦੱਸਾਂ ਮੇਰੇ ਹਰ ਕੇ ਦਾ ਹੁੰਦਾ ਮੈਂ ਤੈਨੂੰ ਇੱਕੋ ਵੀਰ ਤੇਰੇ ਅੱਗੇ ਮੈਂ ਬੇਨਤੀ ਕਰਦਾ ਠੀਕ ਹੈ ਰਿਕੁਐਸਟ ਕਰਦਾ ਤੇਰੇ ਅੱਗੇ ਕਿਉਂਕਿ ਇਸ ਤੋਂ ਬਾਅਦ ਮੈਂ ਕਾਰਵਾਈ ਕਰਾਉਣੀ ਹੈ ਅੱਜ ਕੱਲ ਤੂੰ ਜੋੜਦਾ ਨੂੰ ਤੂੰ ਆ ਵੱਡਾ ਵੀਰ ਮੇਰਾ ਸ਼ਾਮ ਤੱਕ ਵੀ ਹੋ ਗਈ ਮੈਨੂੰ ਕਿੱਥੇ ਵੀ ਕੋਈ ਮੈਂ ਆਪ ਲੈ ਕੇ ਆਉਂਗਾ ਆਪ ਨਹੀਂ ਹੁਣ ਦੇ ਦੇ ਬੰਦਾ ਆਇਆ ਵਾ ਬੰਦਾ ਉਹ ਪਤਾ ਕੀ ਆਂਦਾ ਮੈਂ ਡੁਗਰੀ ਪਤਾ ਕੀ ਆ ਆਂਦਾ ਡੁਗਰੀ ਜਾਣਾ ਓਏ ਇੱਥੋਂ ਦੀ ਵੀਡੀਓ ਆਈਆਂ ਵਾ ਆਪਣੇ ਘਰ ਦੀਆਂ ਹਾਂ ਉਹ ਬੰਦਾ ਇੱਥੇ ਪਹੁੰਚ ਤੂੰ ਮੰਨਿਆ ਵੀ ਇਹਨਾ ਤੂੰ ਮੰਨਿਆ ਵੀ ਮੇਰੀ ਨਹੀਂ 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 ਵੀਰ ਤੂੰ ਮੈਨੂੰ ਹੁਣੇ ਫੋਨ ਤੇ ਵੀ ਮੰਨਿਆ ਵੀਰ ਮੇਰੇ ਕੋਲ ਬੰਦਾ ਆਇਆ ਮੈਂ ਰਿਕਾਰਡਿੰਗ ਸੁਣਾ ਹੁਣੇ ਮੇਰੇ ਤੋਂ ਬੰਦਾ ਅੱਜ ਹਾਂ ਨਹੀਂ ਆਇਆ ਵਾ ਤੂੰ ਕਿਹਾ ਓਏ ਜਿੱਦਣ ਆਇਆ ਆਪਣੇ ਕੋ
ਸਰਪੰਚ ਕਿਰਪਾਲ ਨੂੰ ਮੈਂ ਫੋਨ ਲਾਇਆ ਜੀ, ਨਹੀਂ ਤੇ ਆ ਜਾ ਮੇਰੇ ਨਾਲ ਚਲ ਜਾ। ਤੈਨੂੰ ਜੇ ਮੇਰੇ ਰਿਸ਼ਤੇਦਾਰ ਤੋਂ ਹੋਵੇ ਰਾਲੀ, ਮੇਰੇ ਰਿਸ਼ਤੇਦਾਰ ਤਿੰਨ ਚਾਰ ਰਿਸ਼ਤੇਦਾਰ ਲਾਗੇ ਲਾ ਬੰਦਾ ਵੀ ਬੰਦਾ ਰੋਜ਼ ਹੀ ਤੇਰੇ ਕੋਲ ਹੁੰਦਾ। ਤੈਨੂੰ ਕੱਲ ਮੇਰੀ ਗੱਲ ਸੁਣੀ, ਮੇਰੀ ਗੱਲ ਸੁਣੀ, ਜੇਕਰ ਤੇਰੇ ਘਰੋਂ ਜੇ ਬੰਦਾ ਮਿਲ ਗਿਆ, ਜੇ ਤੇਰੇ ਕੋਲੋਂ ਬੰਦਾ ਮਿਲ ਗਿਆ ਮੈਨੂੰ, ਮੈਂ ਨਾ ਜੇ ਮੇਰੇ ਤੋਂ ਮਿਲ ਜਾਗੇ ਨਾ ਇੱਥੇ ਘਰੋਂ, ਤੇ ਮੇਰਾ ਸਿਰ ਤੇ ਜੁੱਤੀਆਂ ਤੇਰੀਆਂ, ਤੂੰ ਜਹੇਦਾਰ ਬੰਦਾ ਵਾ। ਬੰਦਾ ਆਏ ਨਹੀਂ, ਐਦੋਂ ਵੱਡੀ ਤੇ ਬੰਦਾ ਤੇਰੇ ਕੋਲ ਆ ਜਾਣਾ, ਉਹ ਜਿੱਥੇ ਵੀ ਤੇਰੀ ਸੈਰੀ ਚ ਆਣਾ ਬੰਦਾ, ਉੱਥੋਂ ਵੀ ਨਿਕਲਣਾ ਹੀ। ਫੇਰ ਉਹ ਤੂੰ ਮੇਰਾ ਵੱਡਾ ਵੀਰ, ਜੇ ਤੇਰੀ ਰਿਸ਼ਤੇਦਾਰੀ ਚੋਂ ਨਿਕਲ ਆਇਆ, ਆਇਆ ਤੇ ਮੈਂ ਤੇਰੇ ਜਾਣਕਾਰਾਂ ਚੋਂ ਨਿਕਲ ਆਇਆ, ਮੈਂ ਤੈਨੂੰ ਆਪ ਦੇ ਕੇ ਆਉਂਗਾ, ਦੇ ਕੇ ਨਹੀਂ ਆਊਂਗਾ। ਤੂੰ ਸਿੱਧਾ ਕਹਿ ਕੇ ਪਰਚਾ ਹੋਊਗਾ ਮੇਰੇ ਤੇ, ਮੇਰੇ ਨਾਲ ਵਾਅਦਾ ਕਰ, ਮੈਂ ਵੀ ਵਾਅਦਾ ਕਰਦਾ ਤੇ ਨਾ, ਤੇਰੇ ਤੇ ਪਰਚਾ ਵੀ ਹੋਣਾ ਹੀ ਯਾਰ। ਫੇਰ ਉਹ ਪਰਚਾ ਤੇ ਮੈਂ ਤੇ ਤੂੰ ਤਾਂ ਬੰਦਾ ਵੀ ਤੇਰੇ ਕੋਲ ਰਹਿਣ ਡਿਆ ਵਾ, ਲੋਕ ਤੇਰੇ ਆਂਢੀ ਗਵਾਂਢੀ ਦੱਸਣ ਲੱਗੇ ਬੰਦਾ ਇੱਥੇ ਹੀਗਾ, ਕੱਲ ਪਰਸੋਂ ਦਾ ਬੰਦਾ ਇੱਥੇ ਆ, ਬੰਦਾ ਤੇਰੇ ਕੋਲ ਰਹਿਣ ਡੇ। ਹੋਰ ਦੱਸ ਆਇਆ ਹੋਏ ਤੁਸੀਂ, ਦੱਸੋ ਸੌਂ ਖਾ ਕੇ ਇਹਨਾਂ ਦੇ ਨਿਕਲ ਓਏ, ਇਹਨਾਂ ਨੂੰ ਮੈਂ ਵਿਚਾਰਿਆਂ ਨੂੰ ਕੀ ਆਖਣਾ, ਵਿਚਾਰਿਆਂ ਨੂੰ ਗੁਰੂਆ ਐਡੀ ਨਹੀਂ ਗੱਲ ਹੁੰਦੀ। ਬੰਦਾ ਤੇਰੇ ਕੋਲ ਨਹੀਂ ਵੀਰ, ਚੰਗੀ ਗੱਲ ਨਹੀਂ ਆ ਤੇਰੇ ਵਾਸਤੇ, ਨਹੀਂ ਵੀਰ ਮੈਂ ਨਹੀਂ ਠੰਡਾ ਨਹੀਂ, ਮੈਂ ਪਤਾ ਕੀ ਦਿਲਵਾਨਾ ਵਾ, ਪਤਾ ਕੀ ਆ ਵੀਰ ਮੇਰੀ ਗੱਲ ਸੁਣ, ਠੀਕ ਆ ਇਹਦੇ ਚ ਪਿੱਛੇ ਚੱਲ ਤੁਸੀਂ ਉੱਥੇ ਭਰਾਵਾਂ ਬਹਿ ਜਾ, ਉੱਥੇ ਰਹਿ ਜਾ, ਹਾਂ ਵੀਡੀਓ ਕਰੀ ਜਾਈ, ਵੀਡੀਓ ਰੱਖਣੀ ਓਦਾਂ ਰੱਖਣੀ ਆ ਦੂਰੋਂ ਵੀ ਲੜੇ ਨਾ, ਭਰਾਵਾ ਮੈਂ ਤੇਰੇ ਤੇ ਗੋਡੇ ਬੰਨ ਲਿਆ ਲੈਣ ਆਪਣੀ, ਮੈਂ ਉਹ ਬੰਦ ਕਰ ਲਾ ਭਰਾਵਾ ਵੀਡੀਓ, ਉਧਰ ਜਾ ਚੱਲ ਜਾ, ਮੇਰਾ ਵੀ ਭਰਾ ਚੱਲ ਜਾ ਚੱਲ ਜਾ ਚੱਲ ਜਾ ਭਰਾ, ਕਿੱਥੇ ਚੱਲ ਯਾਰ ਪਰਾਂ ਚੱਲ ਜਾ, ਚੱਲ ਜਾ ਤੁਸੀਂ ਪਰਾਂ ਚੱਲ ਜਾਓ, ਛਡਾ ਕੇ ਲਿਆ ਪਿੰਡ ਡੁਗਰੀ ਵੀਰ, ਜੱਗੀ ਵੀਰ ਕਿਹੜਾ ਪਿੰਡ, ਡੁਗਰੀ ਤੋਂ ਉਹਨੇ ਛਡਾ ਕੇ ਲਿਆਂਦਾ ਹੈ, ਜਿਮੀਦਾਰ ਪਰਿਵਾਰ ਦੇ ਕੋਲ ਸੀ, ਇਹ ਮਨ ਬੁੱਧੀ ਆ, ਇਹ ਤੋਂ ਕੰਮ ਕਰਾਉਂਦੇ ਸੀ ਗੋਹਾ ਗਵਾ ਸਤਾਉਣ ਦਾ, ਤੇ ਹੁਣੇ ਹੁਣੇ ਆਪਾਂ ਛਡਾ ਕੇ ਡੁਗਰੀ ਤੋਂ ਲੈ ਕੇ ਆ ਰਹੇ। ਹਾਂਜੀ ਵੀਰੋ, ਜਿੱਦਾਂ ਤੁਸੀਂ ਇੱਕ ਭਗਤ ਦੀ ਵੀਡੀਓ ਵੇਖੀ ਸੀ ਵੀ ਕਿੱਦਾਂ ਅਸੀਂ ਇਹਨੂੰ ਪਿੰਡ ਡੁਗਰੀ ਜ਼ਿਲ੍ਹਾ ਤਰਨ ਤਾਰਨ ਤੋਂ ਛੁਡਵਾ ਕੇ ਲੈ ਕੇ ਆਏ ਸੀਗੇ, ਕਿੱਦਾਂ ਇਹਨੂੰ ਕਿੰਨੇ ਸਾਲਾਂ ਤੋਂ ਗੁਲਾਮ ਬਣਾ ਕੇ ਇੱਥੋਂ ਕੰਮ ਕਰਾਉਂਦੇ ਸੀਗੇ, ਅਤੇ ਵੀਰੋ ਜਦੋਂ ਇਹਨੂੰ ਅਸੀਂ ਆਸ਼ਰਮ 'ਚ ਲੈ ਕੇ ਆਏ, ਉਸ ਤੋਂ ਬਾਅਦ 15 ਦਿਨਾਂ ਬਾਅਦ ਜਿਹਨੇ ਗੁਲਾਮ ਬਣਾਇਆ ਸੀਗਾ ਡੁਗਰੀ ਪਿੰਡ ਦੇ ਵਸਨੀਕ ਕਵਲ ਦੀ ਉਹਦਾ ਨਾਂ ਸੀਗਾ ਕੁਲਦੀਪ, ਅਤੇ ਉਹ ਸਾਡੇ ਕੋਲੋਂ ਚਕਮਾ ਦੇ ਕੇ ਇਹਨੂੰ ਲੈ ਗਿਆ, ਕਿੱਦਾਂ ਕਿ ਇਹਨੂੰ ਮਿਲਦੇ ਬਹਾਨੇ ਆਇਆ, ਠੀਕ ਆ ਜੀ, ਮੌਕਾ ਪਾ ਕੇ ਅਤੇ ਵੀਜੀ ਇਹਨੂੰ ਲੈ ਕੇ ਉੱਥੋਂ ਫਰਾਰ ਹੋ ਗਿਆ, ਅਤੇ ਪਿੰਡ ਜਾ ਕੇ ਲੋਕਾਂ ਨੂੰ ਕਹਿਣ ਲੱਗ ਪਿਆ ਕਿ ਉਹ ਬੰਦਾ ਬਾਬੇ ਨੂੰ, ਮੈਂ ਸੇਵਾ ਵਾਲੇ ਬਾਬੇ ਨੂੰ, ਸੰਸਥਾ ਵਾਲੇ ਬਾਬੇ ਨੂੰ ਪੈਸੇ ਦੇ ਕੇ ਅਤੇ ਉਹ ਬੰਦਾ ਛਡਾ ਕੇ ਲੈ ਕੇ ਆਇਆ ਵਾਂ, ਠੀਕ ਹੈ ਜੀ। ਬਹੁਤ ਜ਼ਿਆਦਾ ਮੈਨੂੰ ਲੋਕਾਂ ਦੀਆਂ ਕਾਲਾਂ ਆਉਣ ਲੱਗ ਪਈਆਂ ਕਿ ਵੀਰ ਇੱਦਾਂ ਉਹ ਬੰਦਾ ਕਹਿੰਦਾ, ਇੱਦਾਂ ਬੰਦਾ ਕਹਿੰਦਾ ਵਾ, ਹੈ ਨਾ, ਮੈਂ ਚਲੋ ਵਿਸ਼ਵਾਸ ਨਹੀਂ ਸੀ ਕਰਦਾ, ਪਰ ਉਹਨਾਂ ਨੇ ਮੈਨੂੰ ਇੱਕ ਵੀਡੀਓ ਬਣਾ ਕੇ ਭੇਜੀ ਜਿਹਦੇ 'ਚ ਕਹਿੰਦਾ ਸੀ ਵੀ ਸੰਸਥਾ ਵਾਲੇ ਬੰਦਿਆਂ ਨੂੰ ਮੈਂ ਪੈਸੇ ਦੇ ਕੇ ਲੈ ਕੇ ਆਇਆ ਵਾਂ, ਅੱਜ ਉਸ ਬੰਦੇ ਤੋਂ ਅਸੀਂ ਦੁਬਾਰਾ ਇਹਨੂੰ ਛਡਵਾ ਕੇ ਲੈ ਕੇ ਆਏ ਹਾਂ, ਠੀਕ ਹੈ ਜੀ। ਅਤੇ ਮੈਂ ਆਪਣੇ ਵੀਰ ਸਰਬੰਧੀ ਵੀ ਜਾਂ ਸਾਡੀ ਵੀ ਅਸੀਂ ਥੋੜ੍ਹੀ ਗਲਤੀ ਮੰਨਦੇ ਹਾਂ ਕਿ ਉਸ ਬੰਦੇ ਨੇ ਸਾਡੇ ਨਾਲ ਵਿਸ਼ਵਾਸਘਾਤ ਕੀਤਾ, ਮਿਲਦੇ ਬਹਾਨੇ ਇਸ ਨੂੰ ਭਜਾ ਕੇ ਲੈ ਗਿਆ ਉੱਥੋਂ ਜੀ, ਅਤੇ ਚਲੋ ਗਾਹ ਤੋਂ ਅਸੀਂ ਇਸ ਚੀਜ਼ ਦਾ ਧਿਆਨ ਰੱਖਾਂਗੇ, ਜਦੋਂ ਵੀ ਸਰਵਣ ਕੋਈ ਮਿਲਣ ਆਵੇ ਨਾ ਇੱਦਾਂ ਕਿਸੇ ਨੂੰ ਮਿਲ ਨਹੀਂ ਦੇਣਾ, ਠੀਕ ਹੈ ਜੀ। ਅਤੇ ਅੱਗੇ ਵੀਰ ਜੀ ਚਲੋ ਆ ਗਿਆ ਮਿਲਣ ਆ ਗਿਆ, ਤੁਸੀਂ ਉਹਨੂੰ ਮਿਲਾ ਦਿੱਤਾ, ਅਤੇ ਇਹ ਵੀਰ ਚਲੋ ਆਪਣੇ ਕੰਮ ਧੰਦੇ ਕਿਤੇ ਲੱਗਾ ਰਿਹਾ ਅਤੇ ਉਹ ਮਗਰੋਂ ਇਹਨੂੰ ਭਜਾ ਕੇ ਲੈ ਗਿਆ ਜੀ। ਸੋ
ਇਹੋ ਜਿਹੇ ਲੋਕਾਂ ਤੇ ਚਲੋ ਅਸੀਂ ਉਹਨੂੰ ਕੁਛ ਨਹੀਂ ਸੀ ਕਹਿਣਾ, ਪਰ ਅੱਜ ਉਹਦੀ ਤੇ ਅਸੀਂ ਦੁਬਾਰਾ ਵੀਡੀਓ ਬਣਾ ਕੇ ਪਾਉਣ ਲੱਗੇ ਆ ਤੇ ਸੋ ਸਾਰੀ ਸੰਗਤ ਦਾ ਧੰਨਵਾਦ ਜਿਹੜੇ ਸਹਿਯੋਗ ਦਿੰਦੇ ਆ। ਕਿੱਦਾਂ ਤੈਨੂੰ ਕਿੱਦਾਂ ਲੈ ਕੇ ਆਇਆ ਸੀ ਉਹ ਹੈ ਕੰਡੇ ਕੀ ਟੱਪ ਕੇ? ਅੱਛਾ ਕੰਧ ਟਪਾਈ ਸੀ ਉਹਨੇ ਤੇ ਕਾਹਦੇ ਤੇ ਲੈ ਗਿਆ ਸੀਗਾ? ਸਕੂਟਰੀ 'ਚ। ਸਕੂਟਰੀ 'ਤੇ ਲੈ ਗਿਆ ਸੀਗਾ? ਤੈਨੂੰ ਕੀ ਆਉਂਦਾ ਸੀਗਾ? ਉਹਦੇ ਕੰਮ ਕਰਨਾ। ਅੱਛਾ ਡੰਗਰਾਂ ਨੂੰ? ਅੱਛਾ ਡੰਗਰਾਂ ਦਾ ਕੰਮ ਕਰਨ ਨੂੰ ਕਹਿੰਦਾ ਸੀਗਾ? ਅੱਛਾ ਉਹ ਕਹਿੰਦਾ ਪੱਠੇ ਪਾ। ਅੱਛਾ ਕਹਿੰਦਾ ਪੱਠੇ ਪਾ, ਮਾਰਦਾ ਵੀ? ਨਹੀਂ ਮਾਰਦਾ ਨਹੀਂ। ਅੱਛਾ ਮਾਰਦਾ ਨਹੀਂ, ਪੱਠੇ ਪਾਉਂਦਾ ਸੀਗਾ। ਹਾਂ ਅੱਗੇ ਇੱਕ ਦਿਨ ਮਾਰਿਆ ਵੀ ਨਾ ਪਹਿਲਾਂ ਤੈਨੂੰ? ਪਹਿਲਾਂ ਮਾਰਿਆ ਸੀ ਨਾ? ਕਾਹਦੇ ਨਾਲ ਮਾਰਿਆ ਸੀਗਾ? ਉਹ ਪਹਿਲਾਂ ਕੀ ਕੀ ਮਾਰਿਆ ਸੀ ਜਦੋਂ? ਪਹਿਲਾਂ ਉਹਦੇ ਚਟਾਲੇ ਸਟੈਲੇ 'ਚ ਕੁੱਟਿਆ ਸੀਗਾ। ਅੱਛਾ ਚਲੋ ਕੋਈ ਗੱਲ ਨਹੀਂ। ਅਤੇ ਹੁਣ ਅਸੀਂ ਵੀਰ ਨੂੰ ਆਸ਼ਰਮ ਦੇ ਵਿੱਚ ਲੈ ਕੇ ਚੱਲੇ ਹਾਂ ਅਤੇ ਜਿਹੜੇ ਮੇਰੇ ਵੀਰ ਡੁਗਰੀ ਪਿੰਡ ਦੇ ਵੀਰ ਵੀ ਕਈ ਗੱਲਾਂ ਕਰਦੇ ਸੀਗੇ ਕਿ ਉਹ ਬਾਬਾ ਵਿਕ ਗਿਆ ਅਤੇ ਉਹਨਾਂ ਨੂੰ ਬੇਨਤੀ ਆ ਕਿ ਵੀਰੇ ਆਹ ਵੀਡੀਓ ਜ਼ਰੂਰ ਵੇਖਿਓ ਕਿਉਂਕਿ ਮਰਨਾ ਮਨਜ਼ੂਰ ਆ ਪਰ ਵਿਕਣਾ ਨਹੀਂ ਮਨਜ਼ੂਰ। ਸੋ ਸਾਰੀ ਸੰਗਤ ਦਾ ਧੰਨਵਾਦ ਜਿਹੜੇ ਸਹਿਯੋਗ ਦਿੰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।